ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬਾਇਆ ਕਰਿਓ ਸਤਿ ਸ਼੍ਰੀ ਅਕਾਲ ਜੀ ਆਵਰਸਾ ਪੰਜਾਬ ਨਿਊਜ਼ ਚੈਨਲ ਵਿੱਚ ਆਪ ਜੀ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਅੱਜ ਆਸੀ ਪਹੁੰਚੇ ਭਗਵਾਨ ਵਾਲਮੀਕ ਆਧਾਰ ਸਮਾਜ ਦੇ ਚੇਅਰਮੈਨ ਮਨਜੀਤ ਸਿੰਘ ਸੈਣੀ ਦੇ ਗ੍ਰੈਵਿਕ ਹੈ ਤੇ ਗੱਲਬਾਤ ਕਰਦੇ ਹਾਂ ਪ੍ਰਧਾਨ ਰਵੀ ਗਿੱਲ ਦੇ ਨਾਲ ਆਹ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐ ਸੱਜਣਾ ਕਿ ਅੱਜ ਰਾਣਾ ਜਗ ਬਹਾਦਰ ਝੀਲ ਦੇ ਅੰਦਰ ਜਾ ਚੁੱਕਿਆ ਵਾ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਵੀ ਗਿੱਲ ਭਗਵਾਨ ਵਾਲਮੀਕ ਆਦੀ ਧਰਮ ਸਮਾਜ ਤੋਂ ਜ਼ਿਲ੍ਹਾ ਪ੍ਰਧਾਨ ਜੋ ਕਿ ਮੈਂ ਰਾਣਾ ਜੰਗਬਹਾਦਰ ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹਨੂੰ ਜਿਹੜਾ ਗ੍ਰਿਫਤਾਰੀ ਕੀਤੀ ਆ ਕਿ ਬਹੁਤ ਵਧੀਆ ਹੋਇਆ ਇਹਨੇ ਮਹਾਰਾਜ ਵਾਲਮੀਕ ਮਹਾਰਾਜ ਬਾਰੇ ਟਿੱਪਣੀ ਕੀਤੀ ਆ ਤੇ ਸਾਰੀ ਸੰਸਥਾਵਾਂ ਨੇ ਸਾਰੇ ਆਪਣੇ ਵਾਲਮੀਕ ਸਮਾਜ ਨੇ ਉਪਰਾਲਾ ਕਰਕੇ ਇਹਨੂੰ ਜਿਹੜਾ ਆ ਜੇਲ ਯਾਤਰਾ ਵਿਖਾਈ ਆ ਤਾਂ ਕਿ ਕੋਈ ਵੀ ਅਜ ਤੱਕ ਕੋਈ ਵੀ ਐਕਟਰ ਜਾਂ ਕੋਈ ਵੀ ਇਨਸਾਨ ਸਾਡੇ ਮਹਾਰਾਜ ਬਾਰੇ ਕੋਈ ਮਾੜਾ ਚੰਗਾ ਨਾ ਬੋਲੇ ਜੇ ਬੋਲੇ ਅਤੇ ਉਹਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰ ਰਾਣਾ ਜੰਗ ਬਹਾਦਰ ਜਿਸ ਨੇ ਫਿਲਮਾਂ ਦੇ ਵਿੱਚ ਬਹੁਤ ਨਾਮ ਕਮਾਇਆ ਪਰ ਉਸਨੇ ਭਗਵਾਨ ਵਾਲਮੀਕ ਬਾਰੇ ਬਹੁਤ ਗਲਤ ਸ਼ਬਦ ਬੋਲੇ ਤੇ ਅੱਜ ਜੇਲ੍ਹ ਦਾ ਰਾਜ ਰਾਕੇ ਉਹਨੂੰ ਦੇਖਣਾ ਪਿਆ ਵਾ ਕੀ ਕਿਹਾ ਜਾਂਦੇ ਇਸ ਬਾਰੇ ਚ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਜੀਤ ਸਿੰਘ ਸੈਣੀ ਭਗਵਾਨ ਵਾਲਮੀਕ ਆਦੀ ਧਰਮ ਸਮਾਜ ਚੇਅਰਮੈਨ ਮਾਝਾ ਜੋਂਦਾ ਪਹਿਲਾ ਤੇ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਵਾਂ ਆਪਣੇ ਭਗਵੰਤ ਮਾਨ ਸੀਐਮ ਸਾਹਿਬ ਜਿਨ੍ਹਾਂ ਦਾ ਅੱਜ ਅਨੰਦ ਕਾਰਜ ਸੀ ਸਾਡੀ ਸੰਸਥਾ ਵੱਲੋਂ ਤੇ ਸਾਡੇ ਬਾਲਮੀਕ ਸਮਾਜ ਵੱਲੋਂ ਉਹਨਾਂ ਨੂੰ ਵਧਾਈਆਂ ਹੋਣ ਬਹੁਤ ਬਹੁਤ ਅੱਜ ਜੋ ਕੱਲ ਦਾ ਜੋ ਜਲੰਧਰ ਪੁਲਸ ਨੇ ਰਾਣਾ ਜੰਗ ਬਹਾਦਰ ਨੂੰ ਗ੍ਰਿਫਤਾਰ ਕੀਤਾ ਵਾ ਮੈਂ ਧੰਨਵਾਦ ਕਰਦਾ ਵਾਂ ਉਹਨਾਂ ਵਕੀਲਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਜਿਹੜੀ ਅਪੀਲ ਪਾਈ ਸੀ ਰਿਜੈਕਟ ਕਰਾਈ ਜੈਕਟ ਕਰਾ ਕੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹਜਾਇਆ ਮੈਂ ਉਹਨਾਂ ਵਕੀਲਾਂ ਦਾ ਸਾਰਾ ਆਪਣੀ ਸੰਸਥਾ ਵੱਲੋਂ ਤੇ ਆਪਣੇ ਸਮਾਜ ਵੱਲੋਂ ਧੰਨਵਾਦ ਕਰਦਾ ਹਾਂ ਇਹਦੇ ਨਾਲ ਅਗਲਿਆਂ ਨੂੰ ਵੀ ਨਸੀਬ ਮਿਲੂਗੀ ਇੰਨੀ ਵਾਰ ਇਹ ਪਰਚੇ ਹੋਏ ਆ ਪਰ ਕਿਸੇ ਨੂੰ ਵੀ ਜੇਲ੍ਹਾਂ ਦੇ ਮਗਰ ਨਹੀਂ ਪਹਜਾਇਆ ਗਿਆ ਮੈਂ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜਾ ਸਾਡਾ ਹੱਕ ਹੀ ਜਿਹੜਾ ਸਾਡਾ ਸਮਾਜ ਦੇ ਵਿੱਚ ਰੋਸ ਹੀ ਉਹ ਹੁਣ ਖੁਸ਼ੀ ਦੀ ਲਹਿਰ ਚ ਵਿੱਚ ਬਦਲ ਗਿਆ ਅਜ ਭਗਵੰਤ ਮਾਨ ਦੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਰਤ